ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਆਪਾਂ ਲਾਈਵ ਹੋ ਰਹੇ ਹਾਂ, ਤੁਹਾਡੇ ਨਾਲ ਕੁਛ ਇਨਫੋਰਮੇਸ਼ਨ ਸਾਂਝੀ ਕਰਨੀ ਹੈ। ਅਤੇ ਜਦੋਂ ਹੀ ਕੋਈ ਜੁੜ ਰਿਹਾ ਤਾਂ ਮੈਨੂੰ ਜ਼ਰੂਰ ਦੱਸਿਓ। ਕਾਲਾ ਗਿਆ ਵੀਰਾ ਸਾਰੇ ਹੌਲੀ ਹੌਲੀ ਜੁੜ ਰਹੇ ਆ। ਸੋ ਅੱਜ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅਤੇ ਕੁਛ ਇਨਫੋਰਮੇਸ਼ਨ ਆਪਾਂ ਅੱਜ ਸਾਂਝੀਆਂ ਕਰਨੀਆਂ। ਪਹਿਲੀ ਤਾਂ ਇਹੀ ਆ ਕਿ ਪਿੰਡਾਂ ਦੇ ਜਾਏ, ਤੁਸੀਂ ਆਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਪਿੰਡਾਂ ਦੇ ਜਾਏ ਕੱਲ੍ਹ 10 ਵਜੇ ਅਸੀਂ ਆਪਣੇ ਯੂਟਿਊਬ ਚੈਨਲ 'ਤੇ ਸੱਜਣਾ ਦੀ ਮਿਊਜ਼ਿਕ ਚੈਨਲ 'ਤੇ ਸਬਸਕ੍ਰਾਈਬ ਉਹਨੂੰ ਜ਼ਰੂਰ ਕਰਿਓ, ਉਸ 'ਤੇ ਅਸੀਂ ਲਾਈਵ ਕਰ ਰਹੇ ਹਾਂ। ਅਤੇ ਜੋ ਵੀਰਾਂ ਨੇ ਪਹਿਲਾਂ ਸੱਜਣਾ ਦੀ ਮਿਊਜ਼ਿਕ ਚੈਨਲ ਸਬਸਕ੍ਰਾਈਬ ਕੀਤਾ ਸੀਗਾ, ਅਤੇ ਉਸ 'ਤੇ ਚੈਨਲ 'ਤੇ ਅਸੀਂ ਨਹੀਂ ਛੱਡ ਰਹੇ ਕਿਉਂਕਿ ਅਸੀਂ ਨਵੇਂ ਚੈਨਲ 'ਤੇ ਪਿਛਲੇ ਜਿਹੜਾ ਪਹਿਲਾਂ ਵਾਲਾ ਚੈਨਲ ਸੀਗਾ ਉਹਦੇ ਕਰਕੇ ਡਿਲੇ ਵੀ ਹੋਇਆ ਕਿਉਂਕਿ ਸਾਨੂੰ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ। ਅਤੇ ਹੁਣ ਅਸੀਂ ਨਵੇਂ ਚੈਨਲ ਨੂੰ ਅਸੀਂ ਥੋੜ੍ਹਾ ਸੈੱਟ ਕੀਤਾ, ਅਤੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਉਹਨੂੰ ਸਰਚਿੰਗ 'ਚ ਜਾ ਕੇ ਅਤੇ ਸੱਜਣਾ ਦੀ ਮਿਊਜ਼ਿਕ ਨੂੰ ਤੁਸੀਂ ਸਬਸਕ੍ਰਾਈਬ ਕਰੋ, ਅਤੇ ਫੇਰ ਹੀ ਤੁਹਾਨੂੰ ਉਹ ਨਵੀਂ ਚੀਜ਼ ਮਿਲ ਸਕਦੀ ਆ। ਅਤੇ ਬਾਕੀ ਪਿੰਡਾਂ ਦੇ ਜਾਏ ਤੁਸੀਂ ਆਡੀਓ ਨੂੰ ਇੰਨਾ ਪਿਆਰ ਦਿੱਤਾ ਅਤੇ ਅਸੀਂ ਉਹਦੀ ਵੀਡੀਓ ਸ਼ੂਟ ਕੀਤੀ ਹੈ, ਅਤੇ ਉਹ ਕੱਲ੍ਹ ਨੂੰ ਆ ਜਾਣਾ ਗਾਣਾ, ਕੱਲ੍ਹ ਨੂੰ 10 ਵਜੇ। ਬਾਕੀ ਇਸ਼ਕਾਂ ਦੇ ਲੇਖੇ 2 ਵਿਦ ਪਾਇਲ ਰਾਜਪੂਤ ਨਾਲ ਆ ਰਿਹਾ, ਉਹ ਵੀ ਬਿਲਕੁਲ ਸੇਮ ਟੀਮ ਆ। ਮਨਵਿੰਦਰ ਮਾਨ ਦਾ ਲਿਖਿਆ ਹੋਇਆ ਜਿਹਦੇ ਵਿੱਚ ਦੇਸੀ ਰੂਟਸ ਦਾ ਮਿਊਜ਼ਿਕ ਆ, ਟਰੂ ਮੇਕਰਸ ਦੀ ਵੀਡੀਓ ਆ, ਅਤੇ ਉਹ ਵੀ ਅਸੀਂ ਆਪਣੇ ਚੈਨਲ 'ਤੇ ਛੱਡ ਰਹੇ ਹਾਂ। ਉਹਨੂੰ ਵੀ ਅਸੀਂ ਕੁਛ ਦਿਨਾਂ ਦੇ ਗੈਪ 'ਚ ਹੀ ਉਹ ਅਸੀਂ ਰਿਲੀਜ਼ ਕਰ ਦੇਣਾ, ਇਸ਼ਕਾਂ ਦੇ ਲੇਖੇ 2। ਅਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਪੋਸਟ ਪਾਈ ਫੇਸਬੁੱਕ 'ਤੇ ਵਿਦ ਪਾਇਲ ਰਾਜਪੂਤਨਾ ਦੇ, ਤੁਸੀਂ ਉਸਨੂੰ ਬੜਾ ਲਾਈਕ ਕੀਤਾ ਅਤੇ ਮੇਰੀ ਉਮੀਦ ਤੋਂ ਵੱਧ ਕੇ ਲਾਈਕ ਕੀਤਾ, ਅਤੇ ਉਹਦੇ ਲਈ ਵੀ ਥੈਂਕ ਯੂ ਸੋ ਮੱਚ। ਤੁਸੀਂ ਪੋਸਟਰ ਨੂੰ ਵੀ ਲਾਈਕ ਕੀਤਾ, ਟੀਜ਼ਰ ਨੂੰ ਵੀ ਲਾਈਕ ਕੀਤਾ ਪਿੰਡਾਂ ਦੇ ਜਾਏ ਨੂੰ, ਅਤੇ ਉਹਦੇ ਲਈ ਵੀ ਥੈਂਕ ਯੂ ਸੋ ਮੱਚ। ਬਾਕੀ ਇਸ਼ਕਾਂ ਦੇ ਲੇਖੇ 2 ਵੀ 20-25 ਦਿਨਾਂ ਬਾਅਦ ਅਸੀਂ ਛੱਡ ਹੀ ਦੇਣਾ। ਅਤੇ ਬਾਕੀ ਜੋ ਸੌਂਗ ਕਿਉਂਕਿ ਥੋੜ੍ਹਾ ਡਿਲੇ ਪੈ ਗਿਆ ਸੀਗਾ, ਅਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਥੋੜ੍ਹੀ ਸਾਨੂੰ ਟੈਕਨੀਕਲ ਪ੍ਰੋਬਲਮ ਚੈਨਲ ਵਿੱਚ ਆਈ ਸੀਗੀ। ਅਤੇ ਬਟ ਮੈਂ ਵਾਰ ਵਾਰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਜ਼ਰੂਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਉਸ 'ਤੇ ਜਾ ਕੇ ਜੋ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੀਗਾ ਅਤੇ ਉਹ 'ਤੇ ਅਸੀਂ ਗਾਣਾ ਨਹੀਂ ਪਾ ਰਹੇ, ਨਵੇਂ ਚੈਨਲ 'ਤੇ ਪਾ ਰਹੇ ਹਾਂ ਸੱਜਣਾ ਦੀ ਮਿਊਜ਼ਿਕ 'ਤੇ। ਅਤੇ ਬਾਕੀ ਸਾਡੇ ਵੀਰ ਕੀ ਕਹਿ ਰਹੇ ਨੇ, ਹੁਣ ਇਸ਼ਕਾਂ ਦੇ ਲੇਖੇ 2 ਦੀ ਵੇਟ ਆ। ਥੈਂਕ ਯੂ ਵੀਰੇ। ਬਾਕੀ ਤੁਸੀਂ ਤੁਹਾਨੂੰ ਵੀਡੀਓ ਬੜੀ ਪਸੰਦ ਆਊਗੀ, ਜੋਨਾਨ ਜੋਗੀ ਨੇ ਵੀਡੀਓ ਬਣਾਈ ਆ ਪਿੰਡਾਂ ਦੇ ਜਾਏ ਦੀ, ਉਹ ਵੀ ਤੁਹਾਨੂੰ ਬੜੀ ਵੀਡੀਓ ਵਧੀਆ ਲੱਗੂਗੀ ਬਹੁਤ ਜ਼ਿਆਦਾ, ਕਿਉਂਕਿ ਬਹੁਤ ਖੂਬਸੂਰਤ ਕੰਮ ਕੀਤਾ ਉਹ ਵੀਡੀਓ 'ਚ, ਬੜਾ ਪਿੰਡਾਂ ਦਾ ਕਲਚਰ ਦਿਖਾਇਆ, ਨਲਕਿਆਂ ਦਾ ਪਾਣੀ ਸੌਂ ਜਾਂਦਾ ਰਾਤਾਂ ਨੂੰ, ਬੜੇ ਅਸੀਂ ਖੂਬਸੂਰਤ ਤਰੀਕੇ ਨਾਲ ਉਹਦੇ ਸ਼ੋਟ ਲਏ ਆ, ਅਤੇ ਉਹ ਵੀ ਤੁਹਾਨੂੰ ਪਸੰਦ ਆਊਗੀ ਕਿਉਂਕਿ ਟੀਜ਼ਰ 'ਚ ਤੁਸੀਂ ਥੋੜ੍ਹਾ ਮੋਟਾ ਤਾਂ ਦੇਖ ਹੀ ਲਿਆ ਹੋਣਾ ਕਿ ਟੀਜ਼ਰ ਕਿੱਦਾਂ ਵਧੀਆ ਲੱਗ ਰਿਹਾ ਕਿ ਨਹੀਂ। ਅਤੇ ਬਾਕੀ ਹੋਰ ਕੁਛ ਗੱਲਾਂ ਮਨਵੀਰ ਹੇਅਰ ਕਹਿੰਦਾ ਕਿ ਮਨਵਿੰਦਰ ਮਾਨ ਦੇ ਗਾਣੇ ਵੀ ਗਾਇਆ ਕਰ। ਹਾਂਜੀ, ਮਨਵਿੰਦਰ ਮਾਨ ਦੇ ਗਾਣੇ ਵੀ ਆਪਾਂ ਗਾਵਾਂਗੇ, ਹੋਰ ਸਾਰਿਆਂ ਦੇ ਵੀ ਗਾਣੇ ਗਾਵਾਂਗੇ, ਅਤੇ ਹੋਰ ਵੀ ਗਾਣੇ ਆ ਰਹੇ ਨੇ, ਕੁਛ ਡਿਊਟ ਗਾਣੇ ਆ ਰਹੇ ਆ ਗੁਰਲੇਜ ਅਖਤਰ ਨਾਲ, ਅਤੇ ਉਹ ਵੀ ਅਸੀਂ ਰੈਡੀ ਕੀਤੇ ਆ, ਉਹ ਵੀ ਅਸੀਂ ਆਪਣੇ ਚੈਨਲ 'ਤੇ ਪਲਾਨ ਕਰ ਰਹੇ ਹਾਂ। ਬਾਕੀ ਹੋਰ ਕੰਪਨੀਆਂ 'ਚ ਉਹ ਵੀ ਅਸੀਂ ਕੀਤੇ ਆ ਪਲਾਨ, ਅਤੇ ਉਹ ਵੀ ਤੁਹਾਨੂੰ ਜਲਦੀ ਸੁਣਨ ਨੂੰ ਮਿਲਣਗੇ। ਬਾਕੀ ਮਨਵਿੰਦਰ ਮਾਨ ਨਾਲ ਅਸੀਂ 2-3 ਮਲਿਆਂ ਦੇ ਬੇਟ, ਸਾਡਾ ਪਿਛਲੇ ਸਾਲ ਦਾ ਗਾਣਾ ਰੁਕਿਆ ਪਿਆ, ਉਹਦਾ ਸਬੱਬ ਨਹੀਂ ਬਣ ਰਿਹਾ, ਅਤੇ ਉਹ ਅਸੀਂ ਬਾਹਰ ਵੀਡੀਓ ਸ਼ੂਟ ਕੀਤੀ ਸੀਗੀ, ਉਹ ਵੀ ਤੁਹਾਨੂੰ ਪੋਇਟਰੀ ਲਾਈਕ ਚੰਗਾ ਲੱਗੂਗਾ। ਅਤੇ ਬਾਕੀ ਥੋੜ੍ਹੇ ਜਿਹੇ ਅਸੀਂ ਲਾਈਕ ਖੜਕੇ ਦੜਕੇ ਵਾਲੇ ਥੋੜ੍ਹੇ ਜਿਹੇ ਉਹ ਵੀ ਅਸੀਂ ਪਲਾਨ ਕੀਤੇ ਆ ਗਾਣੇ, ਉਹ ਵੀ ਤੁਹਾਨੂੰ ਸੁਣਨ ਨੂੰ ਮਿਲਣਗੇ। ਬਾਕੀ ਮਨਵਿੰਦਰ ਨਾਲ ਵੀ ਤੁਹਾਨੂੰ ਉਹ ਤਾਂ ਮਿਲਣਗੇ ਹੀ ਮਿਲਣਗੇ। ਜਿਹੜੇ ਵੀਰੇ ਕਦੇ ਕਦੇ ਮੈਨੂੰ ਬਹੁਤ ਮੈਸੇਜ ਆਉਂਦੇ ਆ, ਮੈਨੂੰ ਕਮੈਂਟ ਕਰਦੇ ਆ, ਵੀਰੇ ਆਪਾਂ ਗਾਉਣਾ ਲਿਖਣਾ ਜਾਂ ਸੌਂਗ ਅਸੀਂ ਲਿਖੇ ਆ, ਹੈ ਨਾ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜਾਂ ਮੈਨੂੰ ਤੁਸੀਂ ਫੇਸਬੁੱਕ ਦੇ ਪੇਜ 'ਤੇ ਮੈਨੂੰ ਭੇਜ ਸਕਦੇ ਹੋ ਗਾਣੇ,
ਅਤੇ ਜਿੱਦਾਂ ਹੀ ਸਾਡੀ ਸਾਰੀ ਟੀਮ ਜਾਂ ਮੈਂ ਉਹ ਗਾਣੇ ਨੂੰ ਪਸੰਦ ਕਰਦੇ ਹਾਂ ਤਾਂ ਫਿਰ ਆਪਾਂ ਜ਼ਰੂਰ ਤੁਹਾਨੂੰ ਅਪਡੇਟ ਦੇਵਾਂਗੇ। ਤੁਸੀਂ ਗਾਣੇ ਭੇਜਦੇ ਰਿਹਾ ਕਰੋ, ਪੇਜ 'ਤੇ ਭੇਜ ਦਿਆ ਕਰੋ ਜਾਂ ਇੰਸਟਾਗ੍ਰਾਮ ਦੇ ਇੱਥੇ ਅਕਾਊਂਟ 'ਤੇ ਮੈਸੇਜ 'ਚ ਭੇਜ ਦਿਆ ਕਰੋ, ਅਤੇ ਉਹ ਅਸੀਂ ਮੋਸਟਲੀ ਚੈੱਕ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਕਈ ਵਾਰ ਰਹਿ ਵੀ ਜਾਂਦੇ ਆ, ਅਤੇ ਬਟ ਅਸੀਂ ਉਹਨੂੰ ਦੇਖਦੇ ਰਹਿੰਦੇ ਹਾਂ। ਅਤੇ ਜਿਹੜੇ ਜਿਨ੍ਹਾਂ ਨੇ ਸਾਰੇ ਸੌਂਗ ਸੁਣੇ ਆ ਅਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਪਿੰਡਾਂ ਦੇ ਜਾਏ ਦੀ ਵੀਡੀਓ 'ਚ ਸਪੈਸ਼ਲ ਮੈਂ ਰਣਜੀਤ ਬਾਵੇ ਵੀਰੇ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਵੀਰੇ ਨੇ ਸਪੈਸ਼ਲ ਸਾਨੂੰ ਕਿਹਾ ਕਿ ਇਹ ਗਾਣੇ ਦੀ ਵੀਡੀਓ ਜ਼ਰੂਰ ਬਣਨੀ ਚਾਹੀਦੀ ਹੈ, ਅਤੇ ਫਿਰ ਹੀ ਅਸੀਂ ਗੌਰ ਕੀਤਾ। ਅਦਰਵਾਈਜ਼ ਅਸੀਂ ਗੌਰ ਨਹੀਂ ਕੀਤਾ ਸੀ ਪਹਿਲਾਂ ਵੀਡੀਓ 'ਤੇ, ਪਹਿਲਾਂ ਸੋਚਦੇ ਚਲੋ ਆਡੀਓ ਛੱਡਾਂਗੇ, ਦੋ ਤਿੰਨ ਆਡੀਓ ਛੱਡਾਂਗੇ, ਬਾਅਦ 'ਚ ਇਸ ਗਾਣੇ ਲਿਖੇ ਵੀਡੀਓ ਛੱਡਾਂਗੇ, ਬਟ ਵੀਰੇ ਨੇ ਸਪੈਸ਼ਲੀ ਕਿਹਾ ਕਿ ਇਹਦੀ ਗਾਣੇ ਦੀ ਵੀਡੀਓ ਹੋਣੀ ਚਾਹੀਦੀ ਆ, ਮੈਨੂੰ ਬਹੁਤ ਪਸੰਦ ਆ, 101% ਇਹਦੀ ਵੀਡੀਓ ਬਣਾ ਸਕਣ। ਤਾਂ ਮੈਂ ਸੋਚਿਆ ਕਿ ਅਸੀਂ ਸੋਚਿਆ ਕਿ ਹਾਂ ਇਹਦੀ ਵੀਡੀਓ ਜ਼ਰੂਰ ਬਣਨੀ ਚਾਹੀਦੀ ਹੈ, ਅਤੇ ਤੁਸੀਂ ਮੈਂ ਦਾਅਵੇ ਨਾਲ ਕਹਿਣਾ ਕਿ ਤੁਹਾਨੂੰ ਵੀਡੀਓ ਬੜੀ ਪਸੰਦ ਆਊਗੀ, ਕਿਉਂਕਿ ਮੁੰਡਿਆਂ ਨੇ ਜਣਾ ਜੋਗੀ ਨੇ ਬੜੀ ਮਿਹਨਤ ਕੀਤੀ ਹੈ। ਪਹਿਲਾਂ ਵੀ ਉਹਨਾਂ ਨੇ ਕਾਫੀ ਵੀਡੀਓ ਸ਼ੂਟ ਕੀਤੀ ਹੈ, ਸਾਡੀ ਹੁਸਨ ਦੀ ਰਾਣੀ ਗਾਣਾ ਆਇਆ ਸੀਗਾ ਟੀ ਸੀਰੀਜ਼ 'ਚ, ਅਤੇ ਉਹ ਗਾਣੇ ਨੂੰ ਦੀ ਵੀਡੀਓ ਜਣਾ ਜੋਗੀ ਨੇ ਬਣਾਈ ਸੀਗੀ। ਅਤੇ ਬਾਕੀ ਵੀਰੇ ਜਿਹੜੇ ਕਹਿੰਦੇ ਆ ਕਿ ਆਪਾਂ ਮਿਲਣਾ ਚਾਹੁੰਦੇ ਹਾਂ ਜਾਂ ਗੱਲ ਕਰਨੀ ਆ, ਹੈ ਨਾ, ਤਾਂ ਜ਼ਰੂਰ ਆਪਾਂ ਮਿਲਾਂਗੇ ਜਾਂ ਗੱਲ ਕਰਾਂਗੇ। ਕਈ ਵਾਰ ਥੋੜ੍ਹਾ ਜਿਹਾ ਇੱਧਰ ਉੱਧਰ ਟਾਈਮ ਨਹੀਂ ਲੱਗਦਾ, ਅਤੇ ਬਟ ਮੈਂ ਹਮੇਸ਼ਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਅਤੇ ਬਾਕੀ ਜਿਨ੍ਹਾਂ ਦੇ ਰਹਿ ਜਾਂਦੇ ਆ ਉਹਨਾਂ ਲਈ ਸੌਰੀ। ਮਨਪ੍ਰੀਤ ਸਿੱਧੂ ਅਫੀਸ਼ੀਅਲ ਵੀਰਿਆਂ ਦਾ ਸਹੀ ਹੈ, ਜਿਹੜੇ ਸਾਡੀ ਕਿਉਂਕਿ ਜੋੜੀ ਹੁੰਦੀ ਆ ਨਾ ਮਨਵਿੰਦਰ ਮਾਨ ਨੂੰ ਜਾਂ ਲਾਈਕ ਕਰਦੇ ਨੇ, ਉਹਦੀ ਲਿਖਣੀ ਨੂੰ ਲਾਈਕ ਕਰਦੇ ਨੇ, ਗਾਇਕੀ ਨੂੰ ਲਾਈਕ ਕਰਦੇ ਨੇ, ਤਾਂ ਮੈਂ ਵੀ ਇੱਕ ਆਰਟਿਸਟ ਦੇ ਹੋਣ 'ਤੇ ਇੱਕੋ ਹੀ ਚੀਜ਼ ਕਹਿਣਾ ਚਾਹੁੰਦਾ ਕਿ ਅਸੀਂ ਹੋਰ ਵੀ ਗਾਣੇ ਕਰ ਰਹੇ ਹਾਂ, ਤੁਸੀਂ ਕਦੇ ਕਦੇ ਸਾਨੂੰ ਕਹਿ ਦਿੰਦੇ ਹੋ ਕਿ ਉਹੀ ਚੀਜ਼ ਸਾਨੂੰ ਕਰਨੀ ਚਾਹੀਦੀ ਆ, ਉਹੀ ਚੀਜ਼ ਆਪਾਂ ਕਰਾਂਗੇ, ਹੈ ਨਾ। ਤਾਂ ਮੈਂ ਕਹਿ ਚਾਹੁੰਦਾ ਕਿ ਤੁਹਾਨੂੰ ਕੁਛ ਨਵਾਂ ਵੀ, ਕਿਉਂਕਿ ਆਰਟਿਸਟ ਹੋਣ ਦੇ ਨਾਂ 'ਤੇ ਕੁਛ ਨਵਾਂ ਵੀ ਮੇਰਾ ਦਿਲ ਕਰਦਾ ਰਹਿੰਦਾ ਕਦੇ ਵੀ ਐਕਸਪੈਰੀਮੈਂਟ ਕਰਨ ਨੂੰ, ਕਿਉਂਕਿ ਉੱਥੇ ਕਿਤੇ ਨਾ ਕਿਤੇ ਇੱਦਾਂ ਰਹਿ ਜੇ ਵੀ ਇੱਥੇ ਵੱਜ ਜਾਈਏ ਕਿਤੇ, ਤਾਂ ਥੋੜ੍ਹਾ ਜਿਹਾ ਉਡਾਣ ਮਾਰਨ ਦੀ ਵੀ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਉਡਾਰੀ ਵੀ ਮਾਰ ਲਈ ਜਾਵੇ, ਅਤੇ ਤੁਸੀਂ ਜੋ ਅਸੀਂ ਉਡਾਰੀ ਮਾਰਦੇ ਹਾਂ ਤਾਂ ਉਹ ਚੀਜ਼ ਨੂੰ ਵੀ ਹਮੇਸ਼ਾ ਤੁਸੀਂ ਥੋੜ੍ਹਾ ਜਿਹਾ ਹੌਂਸਲਾ ਦਿਆ ਕਰੋ। ਅਤੇ ਕਈ ਵਾਰ ਤੁਸੀਂ ਬਿਲਕੁਲ ਹੀ ਕਹਿ ਦਿੰਦੇ ਹੋ ਕਿ ਇੱਦਾਂ ਮਨਵਿੰਦਰ ਮਾਨ ਜਾਂ ਕਿਸੇ ਇੱਦਾਂ ਦਾ, ਹੈ ਨਾ, ਤਾਂ ਤੁਹਾਨੂੰ ਨਵੇਂ ਗਾਣੇ ਜ਼ਰੂਰ ਨਵੇਂ ਰਾਈਟਰਾਂ ਨਾਲ, ਨਵੇਂ ਮਿਊਜ਼ਿਕ ਡਾਇਰੈਕਟਰਾਂ ਨਾਲ, ਨਵੇਂ ਫਲੇਵਰ 'ਚ ਨਵੀਆਂ ਕੰਪੋਜ਼ਾਂ ਉਹਦੀਆਂ ਸੁਣਨ ਨੂੰ ਮਿਲਣਗੀਆਂ, ਅਤੇ ਉਹ ਚੀਜ਼ ਨੂੰ ਵੀ ਤੁਸੀਂ ਐਕਸੈਪਟ ਕਰਿਓ ਅਤੇ ਸੁਣਿਓ, ਉਹਨੂੰ ਸੁਣ ਕੇ ਆਪਦੇ ਰਿਵਿਊ ਦਿਓ। ਅਤੇ ਬਾਕੀ ਕੱਲ੍ਹ ਨੂੰ 10 AM ਕੱਲ੍ਹ ਨੂੰ ਹੈਗੀ 21 ਤਰੀਕ, ਪਿੰਡਾਂ ਦੇ ਜਾਏ ਆਪਾਂ 10 ਵਜੇ ਗਾਣਾ ਪਾ ਦੇਣਾ, ਉਹ ਅੱਜ ਇੱਕ ਦਿਨ ਰਹਿ ਗਿਆ। ਅਤੇ ਅੱਜ ਆਪਣੇ ਲਾਈਵ ਹੋਣ ਦਾ ਮਕਸਦ ਸਿਰਫ ਇਹੀ ਸੀਗਾ ਕਿ ਤੁਹਾਨੂੰ ਇਸ਼ਕਾਂ ਦੇ ਲੇਖੇ ਬਾਰੇ ਕੁਛ ਡਿਊਟ ਸੌਂਗ ਆ ਰਹੇ ਨੇ ਅਤੇ ਕੁਛ ਜੋ ਗਾਣੇ ਡਿਲੇ ਹੋਏ ਨੇ ਉਹਦੀ ਥੋੜ੍ਹੀ ਸਾਨੂੰ ਚੈਨਲ 'ਚ ਟੈਕਨੀਕਲ ਪ੍ਰੋਬਲਮ ਆਈ ਆ। ਅਤੇ ਬਾਕੀ ਜਿਹੜੇ ਪਿੰਡਾਂ ਦੇ ਜਾਏ ਆ ਜੋ, ਉਹ ਅਸੀਂ ਕੱਲ੍ਹ ਨੂੰ ਵੀਡੀਓ ਸ਼ੂਟ ਜਿਹੜੀ ਕੀਤੀ ਆ ਉਹ ਕੱਲ੍ਹ ਨੂੰ ਰਿਲੀਜ਼ ਕਰ ਰਹੇ ਹਾਂ, ਅਤੇ ਸਾਰਿਆਂ ਨੇ ਆਪਦੇ ਚੈਨਲ 'ਤੇ ਜਾ ਕੇ ਤੁਸੀਂ ਉਹਨੂੰ ਜ਼ਰੂਰ ਦੇਖਣਾ ਗਾ। ਅਤੇ ਹਾਂ, ਪਿੰਡਾਂ ਦੇ ਜਾਏ ਵੀਰੇ ਨੇ ਇੱਕ ਨੇ ਫਰਮਾਇਸ਼ ਕੀਤੀ ਆ, ਹਰਸ਼ ਨੇ, ਅਤੇ ਉਹਦੀ ਲਾਈਨ ਜੋ ਤੁਸੀਂ ਸਭ ਤੋਂ ਵੱਧ ਪਸੰਦ ਕੀਤੀ ਆ, ਮੈਂ ਟਿਕਟੋਕ ਘੱਟ ਚਲਾਉਂਦਾ ਸੀਗਾ ਅਤੇ ਟਿਕਟੋਕ 'ਤੇ ਮੈਂ ਕਾਫੀ ਗਾਣਿਆਂ ਦੀ ਜੋ ਲਾਈਨ ਵਾਇਰਲ ਹੋਈ ਆ ਅਤੇ ਉਹ ਮੈਂ ਹਮੇਸ਼ਾ ਮੈਨੂੰ ਵੀ ਉਹ ਟੁੰਬਦੀ ਆ ਲਾਈਨ, ਇੱਕ ਲਾਈਨ ਮੈਨੂੰ ਹਮੇਸ਼ਾ ਟੁੰਬਦੀ ਸੀਗੀ, ਇੱਕ ਸੱਚੀ ਤੂੰ ਲੱਗਦੀ ਸਾਨੂੰ ਪਾਣੀ ਜੋ ਨਹਿਰੀ ਨਹੀਂ, ਤੇਰੇ 'ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀ ਨਹੀਂ, ਸਾਡੇ 'ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, ਅਤੇ ਇੱਕ ਹੈਗੀ ਖੂਬਸੂਰਤ ਲਾਈਨ, ਉਹ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਹੋ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ, ਖੁੱਲੀ ਹੋਈ ਪੁਸਤਕ ਵਰਗੇ ਰੱਖ ਦੇ ਨਾ ਰਾਜ ਕੁੜੇ,
टप जांदी कोठे साडे हासियां दी आवाज कुड़े गल तैनू होर जरूरी दस दया पिंडां दी साडी इत्थे टौर हुंदी है अक्कां विच रिंडां दी गोरा रंग हथ चों किरजू किरदी जिवें रेत कुड़े आ जा इक बारी सानू नेड़े तो देख कुड़े। बाकी असी तुसी मैनू इंस्टाग्राम ते वीडियो जरूर भेजो बना के असी 100% उन्हूं शेयर करन दी कोशिश करांगे वधिया वधिया वीडियो बना के भेजो जो ते बाकी कुछ दोस्त मिले सीगे उन्होंने पिंडां दे जाए दी ऑफिशियल तरीके नाल वीडियो बनाई है वधिया खर्च के उन्हां नूं भी असी बाई नूं बेस्ट विशेस कहना चाहवांगे कि वीर उन्होंने वधिया साडा हौसला वधाया गाने गाणा उहदी वीडियो बना के। बाकी अपनियां कल नूं क्योंकि टिकटॉक तां चलो बंद हो गई है बट कि भी तुसी ओ चीज़ नूं हमेशा बना के भेजो असी अपने अकाउंट ते स्नैपचैट ते पेज ते जरूर शेयर करांगे। बाकी जो पिछले गाने आ तुसी दिल दा कोरा जे तू बुरा ना मन्ने करीच पुगा लानी है ना ते ओ गाने नूं भी तुसी प्यार दित्ता उन्हां लई भी मैं तुहाडा धन्नवाद करदा क्योंकि कदे कदे मैं ज़्यादा लाइव हुंदा नहीं गा ते थोड़ी जी एक इदां दी हैबिट आ ते अज पिंडां दे जाए वीर ने कहना सुनाता जी। बाकी थोड़े कमेंट बहुत वेट आ भाजी पिंडां दे जाए सौंग दी वीडियो दी थैंक यू वीरे ते कल नूं बस थोड़ी वेट ओवर हो जानी है ते इश्कां दे लेखे दा मैं एक पहला थोनू सुनाना वो हैगा कि लाइक थोनू बड़ा पसंद आना क्योंकि वो असी इश्कां दे लेखे नूं असी थोड़ा जिहा एक्सटेंड करन दी कोशिश की है तुहानूं कुछ भी उस चेंजेस नहीं मिलेगा उहदी कंपोज च उहदे लिरिक्स भी मनविंदर मान ने लिखे आ उहदी थोनूं वीडियो नवीं मिलेगी ते एक जिवें आपां इश्कां दे लेखे नूं एक्सटेंड वर्जन आपां कह दईए तां उह असी एक्सटेंड कीता गाणा दोस्तां ने कहा सीगा कि 3 मिंट दा गाणा इह छोटा गा तां असी उहनूं 3 मिंट दा होर कर दित्ता ते हुण उह गाणा 6 मिंट दा जे तुसी उहनूं सुणोगे तां तुहानूं फस्ट एंड सैकेंड ये सैकेंड पार्ट आ उहदा इश्कां दे लेखे 2 दा साडा तां हाल सोहणिया भट्ठी विच खिल वर्गा जां फिर कोई शाम ढली तों आशक दे दिल वर्गा इदां दीआं तुहानूं बड़ियां सोहणियां उहदे विच खूबसूरत लाइनां सुणन नूं मिलणगीआं ते मैं चाहुंदा कि उह जे मैं इत्थे सुनाता तां उह चीज़ दा स्वाद ना खराब हो जाए ते मैं चाहुंदा कि तुसी उहनूं विद वीडियो राहीं प्रोपर तरीके नाल जो चीज़ बणदी आ ते उह प्रोपर तरीके नाल सुणियो ते सारी टीम जदों वर्क करके सुनाऊगी। होर बनावांगे फिल्टर विद आडियो पिंडां दे जाए वीरे वीरे बाकी थोड़े मैं जाए मैं हाँ जी मैं उही कह रहा कि वीरा कहना कि गाणा एक वधिया बीट जिहा बनाउणा असी उही थोनू इश्कां दे लेखे पिंडां दे जाए तो बाद थोनू थोड़ा टेस्ट च जरूर चेंज मिलेगा क्योंकि साडे गाने पहलां दे रुके पए सीगे ते जो असी कुछ नवें गाने बनाए आ उह थोनू थोड़े जिहे कंपोजां च थोड़े जिहे फ्लेवर च जरूर चेंज मिलेगा ते उह जरूर तुसी सुनने आ ते बीट सोंग सुनने आ तुहानू लगेगा कि हाँ कि सारा कुछ ही हैगा इन्हां चीज़ां च ते आपां क्यों इत्थे ये चीज़ां ते आपां बजीए है ना क्योंकि आपां वधिया वधिया सारा सारा कुछ ही थोड़ा थोड़ा तुहानू एक्सपैरीमेंट करके थोड़ा थोड़ा तुहानू वधिया टेस्ट सारा देना। बाकी जिहड़े वीर उह कह रहे आ कि गाणा देना ऑफिशियल प्रीत कह रहा वीरा है ना तुसी गाणा मैनू इंस्टाग्राम के मैसेज च जां पेज के मैसेज तुसी मैनू भेज दो ते मैं मोस्टली उत्थे चैक करदा रहिंदा ते उह भी तुसी मैनू भेज सकदे हो ਵੀਰੇ ਤੁਹਾਡੀ ਵੋਇਸ ਹਾਂ ਥੈਂਕ ਯੂ ਸੋ ਮੱਚ ਵੋਇਸ ਐਂਡ ਸਮਾਈਲ ਨੂੰ ਜੋ ਕਮੈਂਟ ਕਰਦੇ ਆ ਵੀਰੇ ਹੈ ਨਾ ਕਿ ਸਮਾਈਲ ਐਂਡ ਵੋਇਸ ਨੂੰ ਮੈਨੂੰ ਹਮੇਸ਼ਾ ਤੁਸੀਂ ਐਪਰੀਸ਼ੀਏਟ ਕੀਤਾ ਵੋਇਸ ਅਤੇ ਸਮਾਈਲ ਨੂੰ ਅਤੇ ਤੁਹਾਡਾ ਹਮੇਸ਼ਾ ਥੈਂਕ ਯੂ ਸੋ ਮੱਚ ਮੇਰੇ ਦਿਲ 'ਚ ਨੇ ਗੱਲਾਂ ਕਿ ਤੁਸੀਂ ਜੋ ਗੱਲਾਂ ਨੂੰ ਐਪਰੀਸ਼ੀਏਟ ਕਰਦੇ ਹੋ ਜੋ ਚੀਜ਼ ਹੈ ਅਤੇ ਉਹ ਤੁਸੀਂ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਤਾਂ ਉਹ ਮੈਂ ਹਮੇਸ਼ਾ ਮੇਰੇ ਦਿਲ 'ਚ ਨੇ ਵੀ ਹਾਂ ਇਹਨਾਂ ਨੇ ਸਾਰਿਆਂ ਨੇ ਵੀਰਾਂ ਨੇ ਕਿਹਾ
ਤੇ ਬਾਕੀ ਮੈਂ ਫਿਰ ਦੇਖ ਰਿਹਾ ਹੁੰਦਾ ਵੀ ਚਲੋ ਹੋਣੀ ਆ। ਬਾਕੀ ਤੁਹਾਨੂੰ ਨਵੇਂ ਨਵੇਂ ਗਾਣੇ ਜ਼ਰੂਰ ਸੁਣਾਵਾਂਗੇ ਤੁਹਾਡੇ ਕਮੈਂਟਾਂ ਦੇ, ਮੈਂ ਸੋਚਦਾ ਕਿ ਜਵਾਬ ਦੇ ਦਿੱਤੇ ਜਾਣ। ਮੈਸੇਜ ਹਾਂਜੀ ਚੈੱਕ ਕਰ ਰਿਹਾ, ਪੂਰਾ ਘੈਂਟ ਗਾਣਾ ਸੱਜਣ ਬਾਈ, ਥੈਂਕ ਯੂ ਸੋ ਮੱਚ ਵੀਰੇ। ਨੇੜੇ ਤੋਂ ਦੇਖ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, ਪਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਹਾਂ। ਅਤੇ ਬਾਕੀ ਜਿਹੜੇ ਦੋਸਤਾਂ ਵੀਰਾਂ ਨੂੰ ਅਸੀਂ, ਮੈਂ ਕੋਸ਼ਿਸ਼ ਕਰਦਾ ਨਾ ਕੁਛ ਇੰਟਰਵਿਊ ਜ਼ਰੂਰ ਸੁਣਿਓ, ਅਸੀਂ ਇੰਟਰਵਿਊਜ਼ ਕਰਨੀ ਹੈਗਾ ਹਾਂ, ਉਹਦੇ ਵਿੱਚ ਜੋ ਪਸਰੇ ਦੇ ਫੁੱਲ ਆ, ਲਿਮਟਾਂ ਨੇ, ਕੁਛ ਕੁਛ ਸ਼ਬਦ ਇੱਦਾਂ ਦੇ ਨੇ, ਰਿੰਡਾਂ ਟਿੰਡਾਂ, ਹੈ ਨਾ, ਤਾਂ ਉਹ ਅਸੀਂ ਜ਼ਰੂਰ ਉਹਨਾਂ 'ਚ ਡਿਸਕ੍ਰਾਈਬ ਕਰਾਂਗੇ ਬਈ ਇਹਨਾਂ ਦਾ ਕੀ ਮਤਲਬ ਹੁੰਦਾ। ਅਤੇ ਕੁਛ ਇੰਟਰਵਿਊਜ਼ 'ਤੇ ਜਾ ਕੇ ਤੁਸੀਂ ਉਹ ਚੀਜ਼ਾਂ ਵੀ ਸਰਚ ਮਾਰਿਓ ਬਈ, ਕਿਉਂਕਿ ਅਸੀਂ ਸਪੈਸ਼ਲ ਉਹਦੇ ਵਿੱਚ ਸਵਾਲ ਪਾਵਾਂਗੇ ਇੰਟਰਵਿਊਜ਼ 'ਚ, ਅਤੇ ਉਹਨੂੰ ਅਸੀਂ ਡਿਸਕ੍ਰਾਈਬ ਕਰਾਂਗੇ ਬਈ ਆਹ ਚੀਜ਼ ਦਾ ਮਤਲਬ ਇੱਦਾਂ ਹੁੰਦਾ, ਆਹ ਚੀਜ਼ ਦਾ ਇੱਦਾਂ ਮਤਲਬ ਹੁੰਦਾ, ਤਾਂ ਉਹਦੇ ਨਾਲ ਵੀ ਕਾਫੀ ਤੁਹਾਨੂੰ ਕਲੀਅਰ ਹੋ ਜੂਗਾ। ਕਈ ਵਾਰ ਕੋਈ ਸ਼ਬਦ ਬਹੁਤ ਮਾਲਵੇ ਦੇ ਟਿਪੀਕਲ ਸ਼ਬਦ ਹੁੰਦੇ ਆ, ਉਹ ਸਮਝ ਨਹੀਂ ਲੱਗਦੇ, ਹਾਲਾਂਕਿ ਹੁਣ ਨਵੀਂ ਜਨਰੇਸ਼ਨ ਨੂੰ, ਆਪਾਂ ਨੂੰ ਸਾਰਿਆਂ ਨੂੰ, ਤਾਂ ਉਹ ਤੁਸੀਂ ਇੰਟਰਵਿਊ ਸਾਡੀਆਂ ਸੁਣਿਓ ਹੁਣ ਨਵੇਂ ਗਾਣੇ ਤੋਂ ਬਾਅਦ, ਅਤੇ ਉਹ ਅਸੀਂ ਉਹ 'ਚ ਡਿਸਕ੍ਰਾਈਬ ਕਰਾਂਗੇ ਸਾਰੇ ਵੀ ਇਹਨਾਂ ਦੇ ਕੀ ਮਤਲਬ ਹੁੰਦੇ ਆ। ਬਾਕੀ ਕੌਰਬੀ ਨਾਲ ਪੁੱਛ ਰਹੇ ਨੇ, ਅਸੀਂ ਕੁਛ ਫੀਚਰਿੰਗ ਕੀਤੀ ਹੈ ਵੀਡੀਓ 'ਚ, ਅਤੇ ਬਾਕੀ ਅਸੀਂ ਗਾਣਾ ਕੁਛ ਪਲਾਨ ਕਰ ਰਹੇ ਹਾਂ, ਅਤੇ ਫੀਚਰਿੰਗ ਕੀਤੀ ਹੈ ਤੁਹਾਨੂੰ ਵੀਡੀਓ 'ਚ ਕੌਰਬੀ ਨਾਲ, ਵਿਦ ਕੌਰਬੀ ਨਾਲ ਅਸੀਂ ਤੁਹਾਨੂੰ ਮਿਲੂਗਾ ਦੇਖਣ ਨੂੰ, ਉਹਦੇ ਵਿੱਚ ਇੱਕ ਰੋਲ ਕੀਤਾ ਅਸੀਂ, ਅਤੇ ਉਹ ਤੁਹਾਨੂੰ ਕੌਰਬੀ ਨਾਲ, ਵਿਦ ਕੌਰਬੀ ਨਾਲ ਮਿਲੂਗਾ। ਸਾਰੇ ਕਹਿ ਰਹੇ ਇਸ਼ਕਾਂ ਦੇ ਲੇਖੇ ਗਾ ਦਿਓ, ਮੈਂ ਚਾਹੁੰਦਾ ਕਿ ਤੁਸੀਂ ਲਾਈਵ ਸੁਣਨ ਨਾਲੋਂ ਤੁਸੀਂ ਉਹ ਗਾਣੇ ਨੂੰ ਪ੍ਰੋਪਰ ਤਰੀਕੇ ਨਾਲ ਬਣਾਇਆ ਸੁਣਿਓ, ਅਤੇ ਤੁਹਾਨੂੰ ਜ਼ਿਆਦਾ ਵਿਦ ਵੀਡੀਓ ਨਾਲ ਦੇਖਿਓ, ਤੁਹਾਨੂੰ ਜ਼ਿਆਦਾ ਵਧੀਆ ਲੱਗਣਾ। ਅਤੇ ਹੁਣ ਤੁਹਾਨੂੰ ਉਹ ਚੀਜ਼ ਦਾ ਮੈਂ ਕਹਿੰਦਾ ਕਿ ਟੇਸਟ ਥੋੜ੍ਹਾ ਜਿਹਾ ਖਰਾਬ ਹੋ ਜਾਣਾ। ਅੱਖ ਨਾ ਲੱਗਦੀ ਰਾਤਾਂ ਨੂੰ, ਲਵ ਫਰੋਮ ਆਸਟ੍ਰੇਲੀਆ, ਥੈਂਕ ਯੂ ਵੀਰੇ, ਥੈਂਕ ਯੂ। ਸਾਰੇ ਵੀਰੇ ਕਹਿ ਰਹੇ ਇਸ਼ਕਾਂ ਦੇ ਲੇਖੇ ਟੂ ਸੁਣਾ ਦਿਓ, ਮੈਂ ਉਹੀ ਵਾਰ ਵਾਰ ਅਮਰ ਤੇਹਰ ਮੇਰੇ ਦੋਸਤ ਕਹਿੰਦੇ ਆ, ਕਹਿੰਦੇ ਨੇ ਮੈਂ ਤੁਹਾਡੇ ਵਰਗਾ ਲੱਗਦਾ। ਸਹੀ ਆ, ਥੈਂਕ ਯੂ ਵੀਰੇ, ਫੁੱਲ ਸਪੋਰਟ ਫੋਰ ਰਾਜਸਥਾਨ, ਥੈਂਕ ਯੂ ਬਾਈ। ਬਾਕੀ ਹੁਣ ਤੁਹਾਨੂੰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ, ਤੁਹਾਨੂੰ ਹਮੇਸ਼ਾ ਗਾਣਿਆਂ ਵਿੱਚ ਤੁਹਾਡੇ ਵੱਲੋਂ ਹਮੇਸ਼ਾ ਇੱਕ ਰਹੀ ਹੈ ਗੱਲ ਕਿ ਸੱਜਣ ਜ਼ਿਆਦਾ ਗੈਪ ਪੈਂਦਾ, ਉਹ ਚੀਜ਼ਾਂ ਪੈਂਦਾ, ਤਾਂ ਉਹਦੇ ਵਿੱਚ ਹੁਣ ਤੁਹਾਨੂੰ ਜ਼ਿਆਦਾ ਸਾਡੇ ਵੱਲੋਂ ਹਮੇਸ਼ਾ ਕੋਸ਼ਿਸ਼ ਰਹੂਗੀ, ਤੁਹਾਨੂੰ ਜ਼ਿਆਦਾ ਹੁਣ ਗੈਪ ਨਹੀਂ ਮਿਲੂਗਾ ਗਾਣਿਆਂ ਵਿੱਚ, ਜਲਦੀ ਤੋਂ ਜਲਦੀ ਤੁਹਾਨੂੰ ਸਾਰੇ ਗਾਣੇ ਸੁਣਨ ਨੂੰ ਮਿਲਣਗੇ। ਭਾਜੀ ਤੁਸੀਂ ਕਿਵੇਂ ਸੌਂਗ ਲਿਖਦੇ ਹੋ, ਭਾਜੀ ਤੁਸੀਂ ਕਿਵੇਂ ਸੌਂਗ ਲਿਖਦੇ ਹੋ? ਸੌਂਗ ਵੀਰੇ ਸਾਰੀ ਟੀਮ ਨਾਲ ਅਸੀਂ ਡਿਸਕਸ ਕਰਦੇ ਹਾਂ, ਅਤੇ ਸੌਂਗ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿੱਦਾਂ ਲਿਖੇ ਜਾਂਦੇ ਆ, ਕੋਈ ਸੋਚ ਕੇ ਨਹੀਂ, ਜਿੱਦਾਂ ਮੈਂ ਕਿੱਦਾਂ ਦੱਸਾਂ ਵੀ ਸੌਂਗ ਕਿੱਦਾਂ ਲਿਖਦਾ ਮੈਂ, ਇਹਦਾ ਸਵਾਲ ਥੋੜ੍ਹਾ ਜਿਹਾ ਬਈ ਇੱਕ ਮੈਨੂੰ ਲੱਗਦਾ ਕਿ ਆਰਟ ਆ, ਅਤੇ ਇੱਦਾਂ ਹੀ ਲਿਖੇ ਜਾਂਦੇ ਆ। ਮਾਲੇ ਵਾਲੇ ਸਮਝ ਲੈਂਦੇ ਹਾਂ ਜੀ। ਵਿੱਚ ਵਿੱਚ ਆਰਟਿਸਟ, ਸਾਰੇ ਆਰਟਿਸਟਾਂ ਨਾਲ ਕੰਮ ਕਹਿ ਰਹੇ ਆ, ਸਾਰਿਆਂ ਨਾਲ ਆਰਟਿਸਟ ਕਲਾਕਾਰਾਂ ਨਾਲ, ਹੈ ਨਾ, ਅਤੇ ਤੁਸੀਂ ਹੋਰ ਵੀ ਸਾਰੇ ਕਲਾਕਾਰਾਂ ਨੂੰ ਪਿਆਰ ਕਰਦੇ ਹੋ, ਹੈ ਨਾ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨਾਲ ਕੰਮ ਕਰੋ ਸਾਰਿਆਂ ਨਾਲ, ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹੂਗੀ। ਜਗਜੀਤ ਪੰਜੋਲੀ, ਇਸ਼ਕਾਂ ਦੇ ਲੇਖੇ ਦੋ ਲਾਈਨਾਂ ਯੂਨੀਵਰਸਿਟੀ ਵਾਲੀ ਫੀਲਿੰਗ ਨਾਲ, ਜ਼ਰੂਰ ਜ਼ਰੂਰ ਵੀਰੇ। ਅਤੇ ਹੋਰ ਆਰਟਿਸਟ ਨਾਲ ਅਸੀਂ ਜਿੱਦਾਂ ਹੀ ਸਬੱਬ ਬਣਦਾ, ਹੈ ਨਾ, ਤਾਂ ਅਸੀਂ ਕਰਾਂਗੇ ਕੰਮ, ਕੁਛ ਮੇਰੇ ਜ਼ਹਿਨ 'ਚ ਹੈਗੇ ਨੇ, ਕੁਛ ਆਰਟਿਸਟ ਹੈਗੇ ਨੇ, ਅਸੀਂ ਉਹਨਾਂ ਨਾਲ ਕੋਲੈਬਰੇਟ ਕਰ ਰਹੇ ਹਾਂ। ਅਤੇ ਬਾਕੀ ਜਿੱਦਾਂ ਕੋਈ ਸਬੱਬ ਬਣੂਗਾ ਮੈਂ ਤੁਹਾਨੂੰ ਲਾਈਵ ਹੋ ਕੇ ਜ਼ਰੂਰ ਦੱਸੂਗਾ।
बाकी नहीं भुल जाना कि कल 10 बजे पिंड जायविद वीडियो सज्जन दे म्यूजिक चैनल दे आ रही है, वह जरूर देखनी है। बाकी तो चलो गल् होंगे रहनी, वह गाने बाकी आते रहने, आप गांह पछा चलो होंने। अज का अपना लाइव होने का मकसद भी यही है कि आप गाने गाना तुम सुनना। बाकी सारे वीर कमेंट आ रहे हैं, तो बाकी जो कुछ कोई गल हैगी तो मैं जरूर दस्यो। तो बाकी मिलते हैं कल 10 बजे पिंड जाए सज्जन दीप म्यूजिक ऑफिशियल चैनल पर, उन्होंने जरूर सबसक्राइब करो उत्थे जाके। और टीज़र असी उस चैनल पर पाया, और टीज़र जाके तुसी टीज़र भी देखो जिन्होंने नहीं देखिया, तो बाकी वो चैनल सबसक्राइब भी करो, तो ताकि तुहानू जिहड़ी होर वीडियो हैगी तो तुहानू तुहाडे सामने आई जाए। तो बाकी पिंड जाए कल 10 बजे आई जाना। और थैंक यू सो मच। कोई सॉन्ग अच्छा माँ उपर भी कोई सॉन्ग कढ़ियो जरूर जरूर। असी अज कुछ वो कर रहे हैं गाना ट्रक वाले ते कुछ गाना बना रहे हैं, ते ओदा भी तुसी असी बना रहे हैं, देखो कि ओदा की बनदा। ते बाकी थैंक यू सो मच, लव यू आल। तुसी गीतां नूं प्यार करते रहो, असी गीत बनाते रहोंगे कल पिंडां दे जाए। थैंक यू सो मच।